ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ 3 ਮੀਟਰ ਪਰਨਾ ਕਿੱਦਾਂ ਬੰਨਣਾ ਵਾ। ਪਿਛਲੀ ਵੀਡੀਓ ਅਸੀਂ ਬਣਾਈ ਸੀ, ਉਹਦੇ ਵਿੱਚ ਜਨਤਾ ਨੂੰ ਜ਼ਿਆਦਾ ਪਤਾ ਨਹੀਂ ਲੱਗਾ ਕਿ ਕਿਸ ਤਰੀਕੇ ਨਾਲ ਬੰਨੇ। ਅੱਜ ਅਸੀਂ ਪੂਰੀ ਡਿਟੇਲ ਵੀਡੀਓ ਬਣਾਵਾਂਗੇ ਕਿੱਦਾਂ ਆਪਾਂ 3 ਮੀਟਰ ਜਿਹੜਾ ਪਰਨਾ ਵਾ ਬੰਨਣਾ। ਸਭ ਤੋਂ ਪਹਿਲਾਂ ਅਸੀਂ ਵਾਲਾਂ ਨੂੰ ਖਿਲਾਰਨਾ ਅਤੇ ਇਹਨਾਂ ਨੂੰ ਖਿਲਾਰ ਕੇ ਪਿੱਛੇ ਨੂੰ ਬੰਨਣਾ, ਇੱਦਾਂ ਪਿੱਛੇ ਨੂੰ ਬੰਨ ਕੇ ਪੂਰਾ। ਸਾਡੇ ਵਾਲਾਂ ਨੂੰ ਗਏ ਨੇ ਬੱਜ ਇਸ ਤਰੀਕੇ ਨਾਲ। ਹੁਣ ਅਸੀਂ 3 ਮੀਟਰ ਪਰਨਾ ਲੈਣਾ ਵਾ, ਇਹਨੂੰ ਪੱਗ ਵਾਂਗੂ ਇਹਦੇ ਵਿੱਚ ਸੀਨ ਮਾਰੀ ਆ। ਆਹ ਵੇਖੋ ਜਿੱਦਾਂ ਪੱਗ ਵਿੱਚ ਸੀਨ ਮਾਰੀ ਹੁੰਦੀ ਹੈ, ਇੱਦਾਂ ਸੀਨ ਮਾਰੀ ਹੈ। ਇਹਨੂੰ ਕਰਕੇ ਪੂਣੀ, ਜਿੰਨਾ ਪਹਿਲੀ ਵਾਰੀ ਬੰਨਣਾ ਉਹ ਕਿਸੇ ਕੋਲ ਵੀ ਪੂਣੀ ਕਰਾ ਸਕਦੇ ਆ, ਫਿਰ ਆਪੇ ਕਰਕੇ ਇੱਦਾਂ ਜਿੱਦਾਂ ਹੁਣ ਮੇਰੀ ਹੋਈ ਹੈ ਪਹਿਲਾਂ ਹੀ ਪੂਣੀ। ਇਹਨੂੰ ਪੱਗ ਵਾਂਗੂ ਪਹਿਲਾਂ ਲੜ ਪਾਉਣਾ ਮੂੰਹ ਦੇ ਵਿੱਚ। ਹੁਣ ਇਹਨੂੰ ਪਹਿਲੇ ਲੜ ਨੂੰ ਲੈਣਾ ਅਤੇ ਪੂਰਾ ਅੱਖ ਦੇ ਉੱਤੋਂ ਦੀ, ਪਹਿਲੇ ਅੱਖ ਦੇ ਉੱਤੋਂ ਦੀ ਇਸ ਤਰੀਕੇ ਨਾਲ ਲਿਆ ਦੂੰ। ਆਹ ਜਿਹੜਾ ਬਾਕੀ ਪਰਨਾ ਨੇ ਮੋਢੇ 'ਤੇ ਰੱਖਣਾ ਤਾਂ ਜੋ ਸਾਡੇ ਗੰਦਾ ਨਾ ਹੋਏ। ਜਦੋਂ ਆਪਾਂ ਤੀਜਾ ਲੜ ਲਾਉਣਾ ਇਹਨੂੰ ਚੰਗੀ ਤਰ੍ਹਾਂ ਖਿਲਾਰ ਕੇ ਇਸ ਤਰੀਕੇ ਨਾਲ। ਇਹਨੂੰ ਖਿਲਾਰ ਕੇ ਪੂਰਾ ਅੱਖ ਦਿੱਤੋਂ ਦੀ ਲਿਆ ਕੇ ਪਹਿਲੇ ਲੜ ਦਿੱਤੋ ਵੀ ਇੱਦਾਂ। ਜਿਹੜਾ ਦੂਜਾ ਲੜ ਲਿਆਉਣਾ ਉਸੇ ਤਰ੍ਹਾਂ ਹੀ ਥੋੜ੍ਹਾ ਇੱਦਾਂ ਖਿਲਾਰ ਲੈਣਾ ਪੂਰਾ, ਮਗਰੋਂ ਸੈੱਟ ਕਰ ਲੈਣਾ ਪੂਰਾ ਇੱਦਾਂ ਫੜ ਕੇ ਇੱਦਾਂ ਇੱਦਾਂ ਕਰਨਾ। ਆਹ ਇਸ ਤਰੀਕੇ ਨਾਲ ਪਹਿਲੇ ਲੜ ਦਿੱਤੋਂ ਦੀ ਅੰਗੂਠਾ ਲੈਣਾ ਇੱਦਾਂ 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 ਦੇ ਕੇ ਘੁਮਾ ਕੇ ਪਹਿਲੇ ਲੜ ਦਿੱਤੋਂ ਦੀ ਅਗਲਾ ਲੜ ਆ ਫਿਰ ਉਸੇ ਤਰ੍ਹਾਂ ਖਿਲਾਰ ਕੇ ਸੈੱਟ ਪਿੱਛੋਂ ਇਹਨੂੰ ਫਿਰ ਫਿਰ ਉੱਤੋਂ ਦੀ ਪਹਿਲੇ ਜਿਹੜੇ 2 ਲੜਨੇ ਉਹਨਾਂ ਉੱਤੋਂ ਦੀ ਅਤੇ ਬਿਲਕੁਲ ਉੱਤੋਂ ਦੀ ਲਿਆ ਕੇ ਪਰਨੇ ਲਿਆ ਕੇ ਪੂਰੀ ਸ਼ੇਪ ਬਣਾ ਲਾਸਟ ਲੜੇ ਗਏ ਇਹਨੂੰ ਵੀ ਖਿਲਾਰ ਕੇ ਪੂਰੀ ਤਰੀਕੇ ਨਾਲ ਇਹਨਾਂ ਸਾਰਿਆਂ ਦੇ ਉੱਤੋਂ ਦੀ ਲਿਆ ਕਰਨਾ, ਸਾਰਿਆਂ ਦੇ ਉੱਤੋਂ ਦੀ ਇੱਥੇ ਫੜਿਆ ਇੱਦਾਂ ਜਿਹੜਾ ਬਚ ਗਿਆ ਵਾ ਇਹਨੂੰ ਪਿੱਛੇ ਵੀ ਦੇ ਸਕਦੇ ਹੋ ਅਤੇ ਨਹੀਂ ਤਾਂ ਇੱਥੇ ਦੇ ਦੇਣਾ। ਹੁਣ ਇਹਨੂੰ ਕਰ ਲਓ ਸੈੱਟ ਪੂਰਾ। ਹੁਣ ਜਿਹੜਾ ਸਿਰ ਆ ਇਹਨੂੰ ਪੱਗ ਦੇ ਵਾਂਗੂ ਜਿਹੜਾ ਪਹਿਲਾਂ ਲੜ ਆ ਉਹਨੂੰ ਖਿੱਚ ਲੈਣਾ, ਸਭ ਤੋਂ ਪਹਿਲੇ ਲੜ ਨੂੰ ਖਿੱਚ ਕੇ ਇੱਦਾਂ ਪੱਗ ਦਾ ਸਿਰ ਕਵਰ ਕਰੀ ਦਿਓ, ਉੱਦਾਂ ਸਿਰ ਕਵਰ ਕਰ ਲੈਣਾ ਇਸ ਤਰੀਕੇ ਨਾਲ ਖਿਲਾਰ ਕੇ ਵਾਲ ਢੱਕ ਲੈਣੇ ਪੂਰੇ। ਥੋੜ੍ਹਾ ਜਿਹਾ ਇਹਨੂੰ ਲੈਣਾ ਖਿੱਚ, ਆਹ ਦੇਖੋ ਵਾਲ ਆਪਣੇ ਗਏ ਢੱਕੇ ਪੂਰੇ। ਹੁਣ ਆਹ ਜਿਹੜਾ ਇਹਨੂੰ ਇਹਦੇ ਵਿੱਚ ਦੇ ਦੇਣਾ ਪੂਰਾ, ਇਸ ਤਰੀਕੇ ਨਾਲ ਤੁਸੀਂ ਦਿਹਾੜੀ ਦੇ ਵਿੱਚ 2-3 ਵਾਰੀ ਪਰਨਾ ਬੰਨੋਗੇ ਤੁਹਾਨੂੰ ਜਾਚ ਆ ਜਾਏਗੀ। ਅਤੇ ਇਹ ਸੀ ਸਾਡੀ ਛੋਟੀ ਜਿਹੀ ਵੀਡੀਓ ਕਿੱਦਾਂ ਆਪਾਂ ਪਰਨਾ ਬੰਨਣਾ। ਜੇ ਨਹੀਂ ਸਮਝ ਲੱਗਦੀ ਤਾਂ 2-3 ਵਾਰੀ ਪੌਜ਼ ਕਰਕੇ ਇਹਨੂੰ ਵੇਖੋ, ਤੁਹਾਨੂੰ ਜ਼ਿਆਦਾ ਜਾਚ ਆ ਜਾਏਗੀ। ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਜੀ ਸਤਿ ਸ਼੍ਰੀ ਅਕਾਲ, ਨਮਸਕਾਰ।